ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਇਸ ਕਵੀ ਦਰਬਾਰ ਦੇ ਅੰਦਰ ਸਾਡੇ ਕੋਲ ਬਹੁਤ ਹੀ ਸਤਕਾਰਤ ਕਵੀ ਸਹਿਬਾਨ ਸਰਦਾਰ ਗੁਰਦੇਵਾਲ ਸਿੰਘ ਜੀ ਨਿਮਰ ਯਮਨਾਨਗਰ ਤੋਂ ਸਰਦਾਰ ਗੁਰਸ਼ਰਨ ਸਿੰਘ ਜੀ ਪਰਵਾਨਾ ਸ਼ਾਹਬਾਦ ਮਾਰਕੰਡਾ ਤੋਂ ਤੇ ਬਹੁਤ ਹੀ ਸਤਕਾਰਤ ਕਵੀ ਇੰਜੀਨੀਅਰ ਕਰਮਜੀਤ ਸਿੰਘ ਜੀ ਨੌਰ ਸਾਹਿਬ ਜਲੰਧਰ ਤੋਂ ਇਸ ਕਵੀ ਦਰਬਾਰ ਦੇ ਅੰਦਰ ਸਾਕਾ ਚਮਕੌਰ ਬਾਰੇ ਆਪੋ ਆਪਣੀਆਂ ਬਿਹਤਰੀਨ ਕਵਤਾਵਾਂ ਸੁਣਾਉਣ ਲਈ ਆਪ ਜੀ ਦੇ ਸਾਹਮਣੇ ਆ ਰਹੇ ਨੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨ ਜਾ ਰਿਹਾ ਸਾਰ ਗੁਰਸ਼ਰਨ ਸਿੰਘ ਜੀ ਪਰਵਾਨਾ ਜੋ ਸ਼ਾਹਬਾਦ ਮਾਰਕੰਡਾ ਤੇ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਕਵਤਾ ਕਹਿੰਦੇ ਨੇ ਆਓ ਇਹਨਾਂ ਤੋਂ ਕਵਤਾ ਸਰਵਣ ਕਰੀਏ ਇੱਕ ਜਕਾਰੇ ਦੀ ਗੂੰਜ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕਰੀਏ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਇਸ ਚੈਨਲ ਦੇ ਪਿਆਰੇ ਦਰਸ਼ਕੋ ਤੇ ਮੇਰੇ ਉਸਤਾਦ ਸ਼ਾਇਰ ਸਹਿਬਾਨ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਕਲਗੀ ਤਰਪਾਸ਼ਾ ਦੇ ਉਹਨਾਂ ਲਾਲਾ ਨੂੰ ਯਾਦ ਕਰੀਏ ਜੋ ਪੰਥ ਲਈ ਸ਼ਹੀਦ ਹੋ ਗਏ ਇੱਕ ਛੋਟੀ ਜੀ ਰਚਨਾ ਤੁਹਾਡੀ ਨਜ਼ਰ ਕਰ ਰਿਹਾ ਹਾਂ ਪੋਸਟਪੈਲਾ ਐਕਸ਼ੇਰ ਉਸਤਾਜ ਜੀ ਔਰ ਸਾਹਿਬ ਜੀ ਜੀਨੇ ਆਪਣੇ ਵਿੱਚ ਦਸਮੇਸ਼ ਜੀ ਨੇ ਬਹ ਦੁਖੀਆਂ ਲਈ ਅਥਾ ਪਿਆਰ ਰੱਖਿਆ ਕਰ ਲੱਖਾਂ ਬੇਕਰਾਂ ਦੇ ਰੱਖਣੇ ਲਈ ਆਪਣਾ ਕਾਰ ਰੱਖਿਆ ਨਾ ਪਰਵਾਰ ਰੱਖਿਆ ਵਾਹ ਜੀ ਵਾਹ ਵਾਹ ਜੀ ਵਾਹ ਸੀਨੇ ਆਪਣੇ ਵਿੱਚ ਦਸਮੇਸ਼ ਜੀ ਨੇ ਦੁਖੀਆਂ ਲਈ ਅਥਾ ਪਿਆਰ ਰੱਖਿਆ ਕਰ ਲੱਖ ਬੇਕਰਾਂ ਦੇ ਰੱਖਣੇ ਲਈ ਆਪਣਾ ਘਰ ਰਖਿਆ ਨਾ ਪਰਵਾਰ ਰਖਿਆ ਵਾਹਿਗੁਰੂ ਵਾਹਿਗੁਰੂ ਬਾਜਾ ਵਾਲਿਆ ਕੋਈ ਤਾਂ ਰਖ ਲੈਂਦਾ ਬਾਜਾ ਵਾਲਿਆ ਰੱਖਿਆ ਐ ਪਰਵਾਰ ਕੇ ਨੈਣਾ ਦੇ ਚਾਰ ਤਾਰੇ ਐ ਪੰਥ ਖਾਲਸਾ ਤਿਆਰ ਬਰ ਤਿਆਰ ਰੱਖਿਆ ਐ ਪਰਵਾਰ ਕੇ ਨੈਣਾ ਦੇ ਚਾਰ ਤਾਰੇ ਐ ਪੰਥ ਖਾਲਸਾ ਤਿਆਰ ਬਰ ਤਿਆਰ ਰੱਖਿਆ ਵਾਹ ਵਈ ਵਾਹ ਜਾਜਕ ਸਾਹਿਬ ਵਾਹ ਵਾਹ ਰਚਨਾ ਕਹਿ ਰਿਹਾ ਹਾਂ ਕਿਆ ਕਮਾ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਪੁੱਤਰ ਗੋਬਿੰਦ ਦੇ ਵਾ ਵਾ ਦੋ ਚਮਕਾਰ ਤੇ ਦੋ ਵਿੱਚ ਸਰਹੰਦ ਦੇ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹੰਦ ਦੇ ਜੰਗ ਵਿੱਚ ਵੱਡੇ ਲਾੜੀ ਮੋਤ ਨੂੰ ਵੇ ਆ ਗਏ ਛੋਟੇ ਦੋ ਮਾਸੂਮ ਆਪਾ ਨਿਹਾਂ ਚ ਚਿਣਾ ਗਏ ਜੰਗ ਵਿੱਚ ਵੱਡੇ ਲਾੜੀ ਮੋਤ ਨੂੰ ਵੇ ਆ ਗਏ ਛੋਟੇ ਦੋ ਮਾਸੂਮ ਆਪਾ ਨਿਹਾਂਚ 치ਣਾ ਗਏ ਕਰ ਗਏ ਕੰਮ ਹੋ ਤਾਂ ਪਿਤਾ ਦੀ ਪਸੰਦ ਦੇ ਦੋ ਚਮਕੋਰ ਤੇ ਦੋ ਵਿੱਚ ਸਰਹੰਦ ਦੇ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਦੋ ਚਮਕੋਰ ਤੇ ਦੋ ਵਿੱਚ ਸਰਹਿੰਦ ਦੇ ਜਮੀਰ ਜੀ ਅਗਲਾ ਬੰਦ ਦਿਖਣਾ ਇਰਸ਼ਾਦ ਜੀ ਜਨਾਬ ਸੁਣਿਆ ਸੁਨੇਹਾ ਜਾ ਗੁਰਾਨੇ ਨੂੰ ਰੇ ਮਾਹੀ ਦਾ ਪੋਟਕੇ ਕੇ ਹਾਸੀ ਕੋਲੋਂ ਬੁਟਾ ਇੱਕ ਕਾਹੀ ਦਾ ਸੁਣਿਆ ਸੁਨੇਹਾ ਜਾਂ ਗੁਰਾਂ ਨੇ ਨੂਰੇ ਮਾਹੀ ਦਾ ਪੋਟਕੇ ਕੇ ਹਾਸੀ ਕੋਲੋਂ ਬੁਟਾ ਇੱਕ ਕਾਹੀ ਦਾ ਮੁਗਲਾਂ ਦੀ ਜੜ ਪੁੱਟੀ ਗਈ ਵਿੱਚੋਂ ਹਿੰਦ ਦੇ ਵਾ ਵਾ ਮੁਗਲਾਂ ਦੀ ਜੜ ਪੁੱਟੀ ਗਈ ਵਿੱਚੋਂ ਹਿੰਦ ਦੇ ਦੋ ਚਮਕੋਰ ਤੇ ਦੋ ਵਿੱਚ ਸਰਹੰਦ ਦੇ ਵਾ ਵਾ ਅਗਲਾ ਬੰਦ ਦੇਖਣਾ ਸਾਧ ਸੰਗਤ ਲੱਖ ਲੱਖ ਸ਼ੁਕਰ ਮਨਾਇਆ ਬਾਜਾ ਵਾਲਿਆ ਲੱਖ ਲੱਖ ਸ਼ੁਕਰ ਮਨਾਇਆ ਬਾਜਾ ਵਾਲੜੇ ਇੱਕ ਵੀ ਨਾ ਅਥਰੂ ਵਾਹਿਆ ਬਾਜਾ ਵਾਲੜੇ ਲੱਖ ਲੱਖ ਸ਼ੁਕਰ ਮਨਾਇਆ ਬਾਜਾ ਵਾਲੜੇ ਇਕ ਵੀ ਨਾ ਅਥਰੂ ਵਹਾਇਆ ਬਾਜਵਲੜੀ ਟੁੱਟੇ ਟੁੱਟੇ ਹੋ ਗਏ ਹਾਏ ਟੁੱਟੇ ਟੁੱਟੇ ਹੋ ਗਏ ਪਾਵੇਂ ਟੁੱਟੇ ਓ ਦੀ ਜਿੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹਿੰਦ ਦੇ ਕਮਾਲ ਦੋ ਚਮਕੌਰ ਤੇ ਦੋ ਵਿੱਚ ਸਰਹਿੰਦ ਦੇ ਅਗਲਾ ਬੰਦ ਦੇਖਣਾ ਨੀ ਮਰ ਸਾਹਿਬ ਬਹੁਤ ਬਹੁਤ ਅੱਛਾ ਬਹੁਤ ਅੱਛਾ ਐਸਾ ਜ਼ਾਲਮਾ ਨਾ ਉਹ ਦੋ ਮੁਗਲਾਂ ਦਾ ਦੌਰ ਸੀ ਰੋਈ ਸਰਹਿੰਦ ਰੋਈ ਗੜੀ ਚਮਕੌਰ ਸੀ ਐਸਾ ਜ਼ਾਲਮਾ ਨਾ ਉਦੋਂ ਮੁਗਲਾਂ ਦਾ ਦੌਰ ਸੀ ਰੋਈ ਸਰਹੰਦ ਰੋਈ ਗੜੀ ਚਮਕੌਰ ਸੀ ਲੋਕ ਉਹਨਾਂ ਜ਼ਾਲਮਾਂ ਨੂੰ ਰਹਿਣ ਸਦਾ ਨਿੰਦ ਦੇ ਲੋਕ ਉਹਨਾਂ ਜ਼ਾਲਮਾਂ ਨੂੰ ਰਹਿਣ ਸਦਾ ਨਿੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹਿੰਦ ਦੇ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹਿੰਦ ਦੇ ਰਚਨਾ ਦੇ ਆਖਰੀ ਬੋਲ ਕਹਿ ਰਹੇ ਆ ਜਾਜਕ ਸਾਹਿਬ ਨੂਰ ਸਾਹਿਬ ਮਾਪਿਆਂ ਤੇ ਪੁੱਤਾਂ ਦੀਆਂ ਦੇ ਕੇ ਕੁਰਬਾਨੀਆਂ ਕੌਮ ਉਤੇ ਕੀਤੀਆਂ ਬੇਅੰਤ ਮੇਰ ਬਣੀਆਂ ਮਾਪਿਆਂ ਤੇ ਪੁੱਤਾਂ ਦੀਆਂ ਦੇ ਕੇ ਕੁਰਬਾਨੀਆਂ ਕੌਮ ਉਤੇ ਕੀਤੀਆਂ ਬੇਅੰਤ ਮਿਹਰਬਾਨੀਆਂ ਵਾਰੇ ਵਾਰੇ ਜਾਈਏ ਵਾਰੇ ਵਾਰੇ ਜਾਈਏ ਵਾਰੇ ਵਾਰੇ ਜਾਈਏ ਐਸੇ ਗੁਰੂ ਬਖਸ਼ਿੰਦ ਦੇ ਵਾ ਵਾ ਦੋ ਚਮਕੌਰ ਤੇ ਦੋ ਵਿੱਚ ਸਰਹੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹੰਦ ਦੇ ਪਾ ਗਏ ਸ਼ਹੀਦੀ ਚਾਰੇ ਪੁੱਤਰ ਗੋਬਿੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹੰਦ ਦੇ ਦੋ ਚਮਕੌਰ ਤੇ ਦੋ ਵਿੱਚ ਸਰਹਿੰਦ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਿਕਾਰਯੋਗ ਸਰਦਾਰ ਗੁਰਸ਼ਰਨ ਸਿੰਘ ਜੀ ਪਰਵਾਨਾ ਜੋ ਬਹੁਤ ਹੀ ਵਧੀਆ ਢੰਗ ਦੇ ਨਾਲ ਚਮਕੌਰ ਦੀ ਗੜੀ ਇਸ ਸਾਕੇ ਬਾਰੇ ਆਪ ਜੀ ਨੂੰ ਦਰਦਨਾਕ ਸਾਕਾ ਬਿਆਨ ਕਰ ਰਹੇ ਸਨ ਆਪਣੀ ਕਵਿਤਾ ਦੇ ਰਾਹੀਂ ਹੁਣ ਮੈਂ ਬੇਨਤੀ ਕਰ ਰਿਹਾ ਹਾਂ ਇੰਜੀਨੀਅਰ ਕਰਮਜੀਤ ਸਿੰਘ ਜੀ ਨੌਰ ਜਲੰਧਰ ਵਾਲੇ ਜੋ ਮਹਾਨ ਪੰਥ ਦੇ ਵਿਦਵਾਨ ਕਵੀ ਨੇ ਬਹੁਤ ਮਾਣ ਸਨਮਾਨ ਇਹਨਾਂ ਨੂੰ ਤਖਤ ਸਹਿਬਾਨ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਮਿਲ ਚੁੱਕੇ ਨੇ ਇੰਜੀਨੀਅਰ ਕਰਮਜੀਤ ਸਿੰਘ ਜੀ ਨੌਰ ਜਲੰਧਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਬੈਠ ਕੇ ਅੱਜ ਦੇ ਇਸ ਕਵੀ ਦਰਬਾਰ ਨੂੰ ਸੁਣ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਥ ਸੰਗਤ ਜੀਓ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਦੀ ਫਤਿਹ ਚਮਕੌਰ ਦੇ ਸਾਕੇ ਦੇ ਸੰਬੰਧ ਵਿੱਚ ਵਾਹ ਅੱਜ ਦਾ ਇੱਕ ਕਵੀ ਦਰਬਾਰ ਤੁਸੀਂ ਸਰਵਨ ਕਰ ਰਹੇ ਹੋ ਮੈਂ ਵੀ ਉਸੇ ਵਿਸ਼ੇ ਦੇ ਪਰਥਾਏ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ 6 ਮਿਸਰਾ ਪੇਸ਼ ਕਰਦਾ ਹਾਂ ਸ਼ਾਇਰ ਸਾਹਿਬਾਨ ਬੜੀ ਅਜਬ ਚਮਕੌਰ ਦੀ ਜੰਗ ਅੰਦਰ ਸਿੰਘ ਸੂਰਮੇ ਜੋਧੇ ਬਲਕਾਰ ਜੂਝੇ ਵਾਹ ਇਹ ਬੜੀ ਅਜਬ جنگ ਇਸ ਕਰਕੇ ਹੈ ਕਿ ਇਹ ਬਿਲਕੁਲ ਅਸਾਵੀਂ جنگ ਸੀ ਇੱਕ ਪਾਸੇ 40 ਸਿੰਘ ਤੇ ਦੂਜੇ ਪਾਸੇ 10 ਲੱਖ ਫੌਜ ਕੋਈ ਮੁਕਾਬਲਾ ਨਹੀਂ ਬੜੀ ਅਜਬ ਚਮਕੌਰ ਦੀ ਜੰਗ ਅੰਦਰ ਸਿੰਘ ਸੂਰਮੇ ਜੋਦੇ ਬਲਕਾਰ ਜੂਝੇ ਦਸ਼ਮ ਪਿਤਾ ਦੇ ਜਿਗਰ ਦੇ ਦੋ ਟੁਕੜੇ ਵਾਰੀ ਵਾਰੀ ਅਜੀਤ ਜੁਝਾਰ ਜੂਝੇ ਜਾਨਵਾਜ਼ਾਂ ਨੇ ਜਾਨ ਦੀ ਲਾਈ ਬਾਜ਼ੀ ਜਾਨ ਬਾਜ਼ਾ ਨੇ ਕੀ ਬਾਤ ਹੈ ਜਾਨ ਦੀ ਲਈ ਬਾਜ਼ੀ ਜਾਨਾ ਤਲੀ ਧਰ ਕੇ ਜਾਨ ਨਸਾਰ ਜੂਜੇ ਬਈ ਜੂਜੇ ਕਿਸੇ ਲਈ ਕੌਣ ਸੰਸਾਰ ਅੰਦਰ ਆਪਣੇ ਲਈ ਤੇ ਸਾਰਾ ਸੰਸਾਰ ਜੂਜੇ ਵਾਹ 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 ਕੀ ਬਾਤ ਨੂੰ ਜੂਜੇ ਕਿਸੇ ਲਈ ਕੌਣ ਸੰਸਾਰ ਅੰਦਰ ਆਪਣੇ ਲਈ ਤੇ ਸਾਰਾ ਸੰਸਾਰ ਜੂਜੇ ਦਸ਼ਮ ਪਿਤਾ ਦੇ ਨਨਿਆ ਸੂਰ ਬੀਰਾਂ ਵੈਰੀ ਨਿੰਬੂਆ ਵਾਗ ਨਿਚੋੜ ਦਿੱਤੇ ਦੁਸ਼ਮਣ 당 ਰਹਿ ਗਏ ਸੂਲਾ ਜਮਦੀਆਂ ਨੇ ਉਹ ਕਿੱਦਾਂ ਮੂੰਹ ਤਲਵਾਰਾਂ ਦੇ ਮੋੜ ਦਿੱਤੇ ਕਾ ਬਾਤ ਆ ਕੀ ਬਾਤ ਹੈ ਨੂੰ ਸਾ ਬਹੁਤ ਦੁਸ਼ਮਣ 당 ਰਹਿ ਗਏ ਸੂਲਾ ਜਮਦੀਆਂ ਨੇ ਕਿੱਦਾਂ ਕਿੱਦਾਂ ਮੂੰਹ ਤਲਵਾਰਾਂ ਦੇ ਮੋੜ ਦਿੱਤੇ ਵਾ 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 ਗਵਤਾ ਅਰਜ਼ ਕਰ ਰਿਹਾ ਹਾਂ ارشاد ارشاد ਸਿੱਖ ਇਤਿਹਾਸ ਦੀ ਬੇਮਿਸਾਲ ਘਟਨਾ ਹੈਸੀ ਘਟੀ ਚਮਕੌਰ ਦੀ ਗੜੀ ਅੰਦਰ ਸਿੱਖ ਇਤਿਹਾਸ ਦੀ ਬੇਮਿਸਾਲ ਘਟਨਾ ਹਸੀ ਕਟੀ ਚਮਕੌਰ ਦੀ ਗੜੀ ਅੰਦਰ 10 ਲੱਖ ਫੌਜ ਸਾਵੇਂ ਕੇਵਲ ਸਿੰਘ 40 ਪਰ ਨਾਲ ਸੱਚੀ ਸਰਕਾਰ ਸੀ ਖੜੀ ਅੰਦਰ ਵਾਹ ਵਾਹ ਨਾਲ ਸੱਚੀ ਸਰਕਾਰ ਸੀ ਖੜੀ ਅੰਦਰ ਉਧਰ ਦੁੰਬੇ ਖਾਣੇ ਤੇ ਇਧਰ ਭੁੱਖੇ ਪਾਣੇ ਵਾਹ ਜੀ ਵਾਹ ਉਧਰ ਦੁੰਬੇ ਖਾਣੇ ਇਧਰ ਭੁੱਖੇ ਇਧਰ ਭੁੱਖੇ ਪਾਣੇ ਫੇਰ ਵੀ ਜੰਗ ਸਿੰਘਾਂ ਡਟ ਕੇ ਲੜੀ ਅੰਦਰ ਵੀ ਓ ਮਰਜੀਵੜੇ ਮਰਨ ਤੋਂ ਕਦੋਂ ਡਰਦੇ ਮੂਰਤ ਜਿੰਨਾ ਦਸ਼ਮੇਸ਼ ਦੀ ਜੜੀ ਅੰਦਰ ਬੋਲੇ ਇਸਨਾਲ ਵਾ 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 ਓ ਮਰਜੀਵੜੇ ਮਰਨ ਤੋਂ ਕਦੋਂ ਡਰਦੇ ਮੂਰਤ ਜਿੰਨਾ ਦਸ਼ਮੇਸ਼ ਦੀ ਜੜੀ ਅੰਦਰ ਇਸ ਜੰਗ ਦੀ ਭੇਟਾ ਕਈ ਸਿੰਘ ਸੂਰੇ ਤੇ ਦੋ ਦਸ਼ਮੇਸ਼ ਦੇ ਰਾਜਦੁਲਾਰੇ ਹੋ ਗਏ ਸਾਹਿਬ ਸਿੰਘ ਜੀ ਹਿੰਮਤ ਸਿੰਘ ਅਤੇ ਮੋਹਕਮ ਤਿੰਨ ਪਿਆਰੇ ਵੀ ਰੱਬ ਨੂੰ ਪਿਆਰੇ ਤਿੰਨ ਪਿਆਰੇ ਵੀ ਜਾਚਕ ਸਾਹਿਬ ਰੱਬ ਨੂੰ ਪਿਆਰੇ ਹੋ ਗਏ ਸ਼िखर ਦੁਪਹਿਰੇ ਚਮਕੌਰ ਵਿੱਚ ਸ਼ਾਮ ਪੈ ਗਈ ਹਮ ਸ਼िखर ਦੁਪਹਿਰੇ ਚਮਕੌਰ ਵਿੱਚ ਸ਼ਾਮ ਪੈ ਗਈ ਸੁਹਾ ਹੋ ਗਿਆ ਰੰਗ ਅਸਮਾਨ ਦਾ ਏ ਰਾਤ ਹੋਣ ਤੇ ਬੰਦ ਜਦ ਜੰਗ ਹੋਈ ਲਾਇਆ ਜਾਇਜ਼ਾ ਗੁਰਾਂ ਨੂੰ ਨੁਕਸਾਨ ਦਾ ਏ ਜੰਗ ਜਦ ਬੰਦ ਹੋਈ ਕਿਆ ਬਾਤ ਲਾਇਆ ਜਾਇਜ਼ਾ ਗੁਰਾਂ ਨੂੰ ਨੁਕਸਾਨ ਦਾ ਏ ਆਪ ਜਾ ਕੇ ਰਣ ਮੈਦਾਨ ਅੰਦਰ ਮੱਥਾ ਚੁੰਮਿਆ ਹਰ ਇੱਕ ਜਵਾਨ ਦਾ ਏ ਵਾਜਾਂ ਵਾਲੇ ਅੱਜ ਲਾਲਾਂ ਦੇ ਲਹੂ ਸੇਤੀ ਲਿਖਿਆ ਨਵਾਂ ਇਤਿਹਾਸ ਬਲੀਦਾਨ ਦਾ ਹੈ ਵਾਹ ਕਮਾਲ ਹਨ ਬਹੁਤ ਲਾਲਾਂ ਦੇ ਲਹੂ ਸੇਤੀ ਵਾਹ ਵਾਹ ਲਿਖਿਆ ਨਵਾਂ ਇਤਿਹਾਸ ਬਲੀਦਾਨ ਦਾ ਹੈ ਸ਼ੇਰ ਸੁਨਣਾ ਜਮੀਰ ਸਾਹਿਬ ਜੀ ਜੀਰ ਸਾਹਿਬ ਲਾਸ਼ਾਂ ਹਮ ਸਾਹਿਬ ਅਜੀਤ ਜੁਝਾਰ ਦੀਆਂ ਵਿਸ਼ੀਆਂ ਵੇਖੀਆਂ ਜਦੋਂ ਜ਼ਮੀਨ ਉੱਤੇ ਹੋਏ ਹੋਏ ਲਾਸ਼ਾਂ ਸਾਹਿਬ अजीत जुझार ਦੀਆਂ ਵਿਸ਼ੀਆਂ ਵੇਖੀਆਂ ਜਦੋਂ ਜ਼ਮੀਨ ਉੱਤੇ ਤੇਰਾ ਸ਼ੁਕਰ ਹੈ ਆਖਾਗਾ ਤੁਰ ਗਿਆ ਕੋਈ ਸ਼ਿਕਰ ਨਹੀਂ ਆਈ ਜ਼ਮੀਨ ਉੱਤੇ ਵਾਹ ਵਾਹ ਕੀ ਬਾਤ ਹੈ ਕੀ ਬਾਤ ਤੇਰਾ ਸ਼ੁਕਰ ਹੈ ਆਖਾਗਾ ਤੁਰ ਗਿਆ ਵਾਹ ਵਾਹ ਕੋਈ ਸ਼ਿਕਰ ਨਹੀਂ ਆਈ ਜ਼ਮੀਨ ਉੱਤੇ ਤੋ ਸ਼ੇਰ ਸੁਣਨਾ ਜੀ ਜੀ ਕੀਤੀ ਗੁਰਾਂ ਨੇ ਗਿਣਤੀ ਜਦ ਗੜੀ ਅੰਦਰ ਹੂੰ ਕੁਝ ਗਿਣਤੀ ਦੇ ਸਿੰਘ ਸਰਦਾਰ ਰਹਿ ਗਏ ਹੂੰ ਕੀਤੀ ਗੁਰਾਂ ਨੇ ਗਿਣਤੀ ਜਦ ਗੜੀ ਅੰਦਰ ਕੁਝ ਗਿਣਤੀ ਦੇ ਸਿੰਘ ਸਰਦਾਰ ਰਹਿ ਗਏ ਪੰਜੇ ਕੇ ਪੰਜ ਪਿਆਰਿਆਂ ਚੋ ਕੇਵਲ ਦੋ ਰਹਿ ਗਏ 40 ਸਿੰਘਾਂ ਚੋ ਕੇਵਲ ਦੋ ਚਾਰ ਰਹਿ ਗਏ ਸੰਗਤ ਸਿੰਘ ਹਜੂਰੀਏ ਪਾਤਸ਼ਾਹ ਦੇ ਕਲਗੀ ਵਾਲੇ ਦੇ ਫਰਮਾਬਰਦਾਰ ਰਹਿ ਗਏ ਕੁੱਲ ਮਿਲਾ ਕੇ ਨੌਂ ਸ਼ਰੀਰ ਰਹਿ ਗਏ ਤੇ ਦਸਵੇਂ ਆਪ ਦਸਮੇਸ਼ ਦਾ ਤਾਰ ਰਹਿ ਗਿਆ ਕੁੱਲ ਮਿਲਾ ਕੇ ਨੌਂ ਸ਼ਰੀਰ ਰਹਿ ਗਏ ਦਸਵੇਂ ਆਪ ਦਸਮੇਸ਼ ਦਾ ਤਾਰ ਰਹਿ ਗਿਆ ਤੋ ਸ਼ੇਰ ਸੁਣਨਾ ਜੀ ਗੁਰਾਂ ਕਿਹਾ ਹੁਣ ਘੜੀ ਹੈ ਫੈਸਲੇ ਦੀ ਗੁਰਾਂ ਕਿਹਾ ਹੁਣ ਕੜੀ ਹੈ ਫੈਸਲੇ ਦੀ ਕੱਲ ਨੂੰ ਜੰਗ ਵਿੱਚ ਅਸਾਂ ਵੀ ਨਾਲ ਹੋਣਾ ਕੱਲ ਸਵੇਰ ਜੋ ਚੜੇਗਾ ਨਵਾਂ ਸੂਰਜ ਸਾਡੇ ਲਹੂ ਦੀ ਲਾਲੀ ਨਾਲ ਲਾਲ ਹੋਣਾ ਕੱਲ ਸਵੇਰ ਜੋ ਚੜੇਗਾ ਨਵਾਂ ਸੂਰਜ ਸਾਡੇ ਸਾਡੇ ਲਹੂ ਦੀ ਲਾਲੀ ਨਾਲ ਲਾਲ ਹੋਣਾ ਤੇ ਇਕੱਠੇ ਹੋ ਕੇ ਸਿੰਘਾਂ ਗੁਰਮਤਾ ਕੀਤਾ ਵੀ ਆਪਾਂ ਗੁਰਾਂ ਨੂੰ ਜਾ ਕੇ ਰੋਕਣਾ ਹੈ ਵਾਹ ਪਰਵਾਨਾ ਜੀ ਸ਼ੇਰ ਸੁਣਿਓ ਜੀ ਜੀ ਇਕੱਠੇ ਹੋ ਕੇ ਸਿੰਘਾਂ ਗੁਰਮਤਾ ਕੀਤਾ ਅਸਾਂ ਗੁਰਾਂ ਨੂੰ ਜਾ ਕੇ ਰੋਕਣਾ ਹੈ ਉਹਦੀ ਜ਼ਿੰਦਗੀ ਪੰਥ ਦੀ ਜ਼ਿੰਦਗੀ ਹੈ ਉਹਦਾ ਵਾਸਤਾ ਪਾ ਕੇ ਰੋਕਣਾ ਉਹਦੀ ਜ਼ਿੰਦਗੀ ਪੰਥ ਦੀ ਜ਼ਿੰਦਗੀ ਹੈ ਉਹਦਾ ਵਾਸਤਾ ਪਾ ਕੇ ਰੋਕਣਾ ਹੈ ਨਿਮਰ ਸਾਹਿਬ ਸਾਨੂੰ ਸਾਨੂੰ ਪਤਾ ਹੈ ਸਿੰਘ ਸਿੰਘ ਕਹਿ ਰਹੇ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਕਿ ਬਾਨੀ ਖਾਲਸੇ ਦਾ ਆਪਣੀ ਪਾਈ ਰਵਾਇਤ ਨਹੀਂ ਤੋੜ ਸਕਦਾ ਆਪੇ ਗੁਰੂ ਤੇ ਚੇਲਾ ਅਖਵਾਉਣ ਵਾਲਾ ਆਪਣੇ ਪੰਥ ਦਾ ਹੁਕਮ ਨਹੀਂ ਮੋੜ ਸਕਦਾ ਬਹੁਤ ਅੱਛੇ ਨੂਰ ਸਰ ਆਪਣੇ ਪੰਥ ਦਾ ਕਮਾਲ ਹੁਕਮ ਨਹੀਂ ਮੋੜ ਸਕਦਾ ਵਾ 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 ਤੋ ਇੱਕ ਬੰਦ ਦੇਖਣਾ ਸ਼ਾਇਰ ਸਾਹਿਬਾਨ ਜੀ ਇਹਦੇ ਵਿੱਚ ਕੁਝ ਵਿਰੋਧਾਭਾਸ ਅਲੰਕਾਰ ਮੈਂ ਪੇਸ਼ ਕੀਤੇ ਨੇ ਯਾਤਕ ਜੀ ਸਿੰਘਾਂ ਆਖਿਆ ਨਿਕਲ ਜਾਓ ਗੜੀ ਛੱਡ ਕੇ ਸਿੰਘਾਂ ਆਖਿਆ ਨਿਕਲ ਜਾਓ ਗੜੀ ਛੱਡ ਕੇ ਕਹਿੰਦੇ ਜਾਨ ਬਚਾ ਕੇ ਨਿਕਲ ਜਾਓ ਸਿੰਗਰ ਆਖਿਆ ਨਿਕਲ ਜੋ ਗੜੀ ਛੱਡ ਕੇ ਕਹਿੰਦੇ ਜਾਨ ਬਚਾ ਕੇ ਨਿਕਲ ਜਾਵਾ ਸਦਾ ਵਿਚ ਰਿਆ ਹਾਂ ਕਰਕੇ ਧੌਣ ਉੱਚੀ ਹੁਣ ਮੈਂ ਧੌਣ ਝੁਕਾ ਕੇ ਨਿਕਲ ਜਾਵਾ ਪਾ ਕੇ ਤੁਸਾਂ ਨੂੰ ਮੌਤ ਦੇ ਮੂੰਹ ਅੰਦਰ ਆਪ ਮੂੰਹ ਛੁਪਾ ਕੇ ਨਿਕਲ ਜਾ ਹਾਂ ਪਾ ਕੇ ਤੁਸਾਂ ਨੂੰ ਮੌਤ ਮੌਤ ਦੇ ਮੂੰਹ ਅੰਦਰ ਆਪ ਮੂੰਹ ਛੁਪਾ ਕੇ ਨਿਕਲ ਜਾਵਾ ਉਹ ਪੁੱਤਾਂ ਨਾਲੋਂ ਪਿਆਰੇ ਨੇ ਸਿੰਘ ਮੈਨੂੰ ਪਿਆਰੇ ਸਿੰਘ ਮਰਵਾ ਕੇ ਨਿਕਲ ਜਾ ਵਾਹ ਵਾਹ ਕੀ ਬਾਤ ਪੁੱਤਾਂ ਨਾਲੋਂ ਪਿਆਰੇ ਨੇ ਸਿੰਘ ਮੈਨੂੰ ਵਾਹ 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 ਪਿਆਰੇ ਸਿੰਘ ਮਰਵਾ ਕੇ ਨਿਕਲ ਜਾਵਾ ਵਾਹ ਜੀ ਵਾਹ ਸਿੰਘਾ ਕਿਹਾ ਦਾਤਾ ਜੀ ਅਸੀਂ ਨਾ ਵੀ ਰਹੇ ਆਪ ਲੱਖਾਂ ਨੂੰ ਸਿੰਘ ਸਜਾ ਸਕਦੇ ਪਰ ਜੇ ਆਪ ਨਾ ਰਹੇ ਤੇ ਆਪ ਵਰਗੇ ਸਾਨੂੰ ਗੁਰੂ ਨਹੀਂ ਹੋਰ ਤੇ ਆ ਸਕਦਾ ਬਹੁਤ ਅੱਛਾ ਕਮਾਲ ਤੇ ਆਖਿਰ ਖਾਲਸਾ ਪੰਥ ਦੇ ਹੁਕਮ ਅੱਗੇ ਗੁਰਾਂ ਆਪਣੀ ਗਰਦਨ ਝੁਕਾ ਦਿੱਤੀ। ਕਿਆ ਬਾਤ ਹੈ। ਆਖਰ ਖਾਲਸਾ ਪੰਥ ਦੇ ਹੁਕਮ ਅੱਗੇ ਗੁਰਾਂ ਆਪਣੀ ਗਰਦਨ ਝੁਕਾ ਦਿੱਤੀ। ਕਲਗੀ ਲਾ ਕੇ ਕਲਗੀਆਂ ਵਾਲੜੇ ਨੇ ਸੰਗਤ ਸਿੰਘ ਦੇ ਸਿਰ ਤੇ ਸਜਾ ਦਿੱਤੀ। ਜਾਚਕ ਸਾਹਿਬ ਤਾੜੀ ਮਾਰ ਕੇ ਨਿਕਲ ਗਏ ਗੜੀ ਵਿੱਚੋਂ। ਆਪਣੀ ਆਖੀ ਹੋਈ ਗੱਲ ਪੁਗਾ ਦਿੱਤੀ। ਹੁਕਮ ਪੰਥ ਦਾ ਗੁਰੂ ਦਾ ਹੁਕਮ ਜਾਣੋ ਇਸ ਗੱਲ ਉੱਤੇ ਮੋਹਰ ਲਾ ਦੇ। ਬੋਲੇ ਹੁਕਮ ਪੰਥ ਦਾ ਗੁਰੂ ਦਾ ਹੁਕਮ ਜਾਣੋ ਇਸ ਗੱਲ ਉੱਤੇ ਮੋਹਰ ਲਾ ਦਿੱਤੀ ਤੋ ਅਗਲਾ ਸੀਨ ਦੇਖਣਾ ਵਾਹ ਵਾਹ ਇਸ ਨਜ਼ਮ ਦਾ ਆਹ ਚੜਿਆ ਦਿਨ ਤਾਂ ਸੰਗਤ ਸਿੰਘ ਗੜੀ ਅੰਦਰ ਗੁਰਾਂ ਵਾਲੇ ਅਸਥਾਨ ਤੇ ਜਾ ਬੈਠਾ ਕੀ ਬਾਤ ਹੈ ਕੀ ਬਾਤ ਬਾਦਸ਼ਾਹ ਨਿਕਲ ਕੇ ਗੜੀ ਚੋਂ ਤੇ ਸੰਗਤ ਸਿੰਘ ਨੂੰ ਆਪਣਾ ਸਾਰਾ ਕੁਝ ਦੇ ਕੇ ਕਲਗੀ ਤੇ ਆਪਣੇ ਵਸਤਰ ਸੌਂਪ ਕੇ ਆਪ ਚਲੇ ਗਏ ਤੇ ਉਹ ਉਹ ਕਮਾਨ ਸੰਭਾਲ ਕੇ ਬਾਬਾ ਸੰਗਤ ਸਿੰਘ ਬੈਠ ਗਿਆ ਸ਼ੇਰ ਸੁਣਿਓ ਜੜਿਆ ਦਿਨ ਤਾਂ ਸੰਗਤ ਸਿੰਘ ਗੜੀ ਅੰਦਰ ਗੁਰਾਂ ਵਾਲੇ ਅਸਥਾਨ ਤੇ ਜਾ ਬੈਠਾ ਕਲਗੀ ਵਾਲੇ ਦੀ ਕਲਗੀ ਸਜਾ ਸਿਰ ਤੇ ਮਨ ਵਿੱਚ ਗੁਰੂ ਦੀ ਮੂਰਤ ਵਸਾ ਬੈਠਾ ਜਦੋਂ ਦੇਖਿਆ ਦੁਸ਼ਮਣ ਨੇ ਗੜੀ ਵੱਲੇ ਉਹ ਸੱਚੀ ਮੁੱਚੀ ਮੁਗਾਲਤਾ ਖਾ ਬੈਠਾ ਸ਼ਕਲੋ ਸੂਰਤੋਂ ਇਸ ਤਰ੍ਹਾਂ ਜਾਪਦਾ ਸੀ ਹੂ ਬਹੂ ਦਸ਼ਮੇਸ਼ ਹੈ ਆ ਬੈਠਾ ਵਾਹ ਵਾਹ ਬਹੁਤ ਸ਼ਕਲੋ ਸੂਰਤੋਂ ਇਸ ਤਰ੍ਹਾਂ ਜਾਪਦਾ ਸੀ ਹੂ ਬਹੂ ਦਸ਼ਮੇਸ਼ ਹੈ ਆ ਬੈਠਾ ਦੋ ਲਾਈਨਾਂ ਚ ਬਹੁਤ ਵੱਡਾ ਇਤਿਹਾਸ ਸੰਖੇਪ ਕਰ ਰਿਹਾ ਹਾਂ ਕੀਤੀ ਗੜੀ ਚੋਂ ਗੁਰ ਕੀਤੀ ਗੜੀ ਚੋਂ ਹੂੰ ਤੀਰਾਂ ਦੀ ਇਓ ਵਰਖਾ ਵਾਹ ਬਾਬਾ ਸੰਗਤ ਸਿੰਘ ਨੇ ਕਿਆ ਬਾਤ ਕੀਤੀ ਗੜੀ ਚੋਂ ਤੀਰਾਂ ਦੀ ਇਓ ਵਰਖਾ ਸੀਨੇ ਵਿੰਨ ਦਿੱਤੇ ਕਈਆਂ ਗੀਦੀਆਂ ਦੇ ਤੀਰ ਮੁੱਕ ਗਏ ਤਾਂ ਤੇਗਾ ਸੂਤ ਲਈਆਂ ਆਖਰ ਪੀ ਲੈ ਜਾਮ ਸ਼ਹੀਦੀਆਂ ਵਾਹ ਵਾਹ ਨੂਰ ਸਾਹਿਬ ਤੀਰ ਮੁੱਕ ਗਏ ਤਾਂ ਤੇਗਾ ਸੂਤ ਲਈਆਂ ਵਾਹ ਆਖਰ ਆਖਰ ਪੀ ਲੈ ਜਾਮ ਸ਼ਹੀਦੀਆਂ ਦੇ ਆਖਰੀ ਸੀਨ ਦੇਖਿਓ ਇਸ ਰਚਨਾ ਦਾ ਆਹੋ ਲਾਸਟ ਦੋ ਬੰਦ ਜਾਚਕ ਸਾਹਿਬ ਔਰ ਇਸ ਕਵਤਾ ਦੇ ਜੋ ਅਗਲੇ ਸੀਨ ਨੇ ਅਗਲੇ ਦ੍ਰਿਸ਼ ਤੁਹਾਡੀ ਨਜ਼ਰ ਕਰ ਰਹੇ ਆ ਦੇਖਿਓ ਜ਼ਰਾ ਪੜੀਏ ਜੀ ਪੜੀਏ ਰੌਲਾ ਪੈ ਗਿਆ ਸਰੇ ਮੈਦਾਨ ਆਖਿਰ ਗੁਰੂ ਮਾਰਿਆ ਗਿਆ ਗੁਰੂ ਮਾਰਿਆ ਗਿਆ ਬਾਬਾ ਸੰਗਤ ਸਿੰਘ ਸ਼ਹੀਦ ਹੋ ਗਏ ਭੁਲੇਖਾ ਦੁਸ਼ਮਣਾਂ ਨੂੰ ਇਹ ਪਿਆ ਵੀ ਕਲਗੀਧਰ ਪਾਤਸ਼ਾਹ ਨੂੰ ਅਸੀਂ ਮਾਰ ਦੇ ਰੌਲਾ ਪੈ ਗਿਆ ਸਰੇ ਮੈਦਾਨ ਆਖਿਰ ਗੁਰੂ ਮਾਰਿਆ ਗਿਆ ਗੁਰੂ ਮਾਰਿਆ ਗਿਆ ਨਾਹੀ ਦੇਖਿਆ ਗਿਆ ਨਾਹੀ ਭਾਲਿਆ ਗਿਆ ਨਾਹੀ ਸੋਚਿਆ ਗਿਆ ਨਾ ਵਿਚਾਰਿਆ ਗਿਆ ਮਿਲੂ ਬਾਦਸ਼ਾਹ ਕੋਲੋਂ ਇਨਾਮ ਚੋਖਾ ਇਸੇ ਧਾਰਨਾ ਨੂੰ ਮਨ ਵਿੱਚ ਧਾਰਿਆ ਗਿਆ ਪੇਸ਼ ਕਰਨ ਲਈ ਦਿੱਲੀ ਦਰਬਾਰ ਅੱਗੇ ਕਲਗੀ ਵਾਲਾ ਉਸ ਸੀਸ ਉਤਾਰਿਆ ਵਾ ਬਾ ਸੰਤ ਸਿੰਘ ਸ਼ਹੀਦ ਹੋ ਗਏ ਉਹਨਾਂ ਦਾ ਸੀਸ ਉਤਾਰ ਕੇ ਗੁਰੂ ਦਾ ਸੀਸ ਸਮਝ ਕੇ ਉਹਨਾਂ ਨੇ ਸਰਹੰਦ ਦੇ ਨਵਾਬ ਦੇ ਅੱਗੇ ਪੇਸ਼ ਕੀਤਾ ਸ਼ੇਰ ਸੁਣਿਓ ਦੱਸਿਆ ਸੂਬਾ ਸਰਹੰਦ ਨੂੰ ਜਦੋਂ ਜਾ ਕੇ ਇੱਕ ਵਾਰ ਤਾਂ 당 ਸੀ ਰਹਿ ਗਿਆ ਉਹ ਦੱਸਿਆ ਸੂਬਾ ਸਰਹੰਦ ਨੂੰ ਜਦੋਂ ਜਾ ਕੇ ਇੱਕ ਵਾਰ ਤਾਂ 당 ਹੀ ਰਹਿ ਗਿਆ ਉਹ ਤੇ ਸਿਰ ਤੱਕਿਆ ਜਦੋਂ ਧਿਆਨ ਦੇ ਨਾਲ ਸਿਰ ਆਪਣਾ ਹੀ ਫੜ ਕੇ ਬਹਿ ਗਿਆ ਵਾ 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 ਸਿਰ ਤੱਕਿਆ ਜਦੋਂ ਧਿਆਨ ਦੇ ਨਾਲ ਸਿਰ ਆਪਣਾ ਹੀ ਫੜ ਕੇ ਬਹਿ ਗਿਆ ਉਹ ਕਵਿਤਾ ਦਾ ਅੰਤਮ ਬੰਦ ਔਰ ਸਾਰੀ ਕਵਿਤਾ ਦਾ ਨਿਚੋੜ ਸ਼ੇਅਰ ਦੇਖਿਓ ਸਾਥ ਸੰਗਤ ਜੀਓ ਉਹ ਕਹਿੰਦਾ ਇੰਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਸਾਰੀ ਕਵਤਾ ਦਾ ਸਿਰਮੌਰ ਬੰਦ ਕਹਿ ਰਿਹਾ ਸ਼ਾਇਰ ਦੋਸਤੋ ਜੀ ਜੀ ਜ਼ਮੀਰ ਸਾਹਿਬ ਜੀ ਫੜੀਏ ਇੰਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਉਹ ਕੋਈ ਸਾਧ ਮਲੰਗ ਨਹੀਂ ਪਕੜ ਲਓਗੇ ਇੰਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਉਹ ਕੋਈ ਸਾਧ ਮਲੰਗ ਨਹੀਂ ਪਕੜ ਲਓਗੇ ਉਹ ਤੇ ਸਿੱਖਾਂ ਦੇ ਦਿਲਾਂ ਵਿੱਚ ਵਸਦਾ ਹੈ ਉਹ ਕੋਈ ਕੱਟੀ ਪਤੰਗ ਨਹੀਂ ਪਕੜ ਲਓਗੇ ਉਹ ਕੋਈ ਘੜੇ ਦੀ ਮੱਛੀ ਨਹੀਂ ਕੱਢ ਲਓਗੇ ਕਿਸੇ ਵੀਣੀ ਦੀ ਵੰਗ ਨਹੀਂ ਪਕੜ ਲਓਗੇ ਜਿਹੜੇ ਢੰਗ ਤਰੀਕੇ ਉਹ ਜਾਣਦਾ ਹੈ ਤੁਹਾਡੇ ਕੋਲ ਉਹ ਢੰਗ ਨਹੀਂ ਪਕੜ ਲਓਗੇ ਬੋਲੇ ਈਸੋ ਨਹਾ ਸ੍ਰੀ ਅਕਾਲ ਇਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਵਾਹ 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 ਇਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਉਹ ਕੋਈ ਸਾਧ ਮਲੰਗ ਨਹੀਂ ਪਕੜ ਲੋਗੇ ਉਹ ਤਾਂ ਸਿੱਖਾਂ ਦੇ ਦਿਲਾਂ ਵਿੱਚ ਵੱਸਦਾ ਹੈ ਉਹ ਕੋਈ ਕੱਟੀ ਪਤੰਗ ਨਹੀਂ ਪਕੜ ਲੋਗੇ ਉਹ ਕੋਈ ਘੜੇ ਦੀ ਮੱਛੀ ਨਹੀਂ ਕੱਢ ਲੋਗੇ ਉਹ ਕਿਸੇ ਵੀਣੀ ਦੀ ਵੰਗ ਨਹੀਂ ਪਕੜ ਲੋਗੇ ਜਿਹੜੇ ਢੰਗ ਤਰੀਕੇ ਉਹ ਜਾਣਦਾ ਹੈ ਤੁਹਾਡੇ ਕੋਲ ਉਹ ਢੰਗ ਨਹੀਂ ਪਕੜ ਲੋਗੇ ਆਖਰੀ ਲਾਈਨਾਂ ਗੁਰੂ ਤੁਸਾਂ ਨੂੰ ਬੁੱਧੂ ਬਣਾ ਗਿਆ ਜੀ ਵਾਹ ਉਹ ਕਹਿ ਰਿਹਾ ਉਹ ਉਹ ਤੇ ਤੁਸਾਂ ਨੂੰ ਬੁੱਧੂ ਬਣਾ ਗਿਆ ਜੇ ਉਹ ਤਾਂ ਸਾਰਿਆਂ ਨੂੰ ਕਰਕੇ ਜਿੱਤ ਗਿਆ ਅਸੀਂ ਜਿੱਤ ਕੇ ਵੀ ਬਾਜ਼ੀ ਹਾਰ ਗਏ ਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਅਸੀਂ ਜਿੱਤ ਕੇ ਵੀ ਬਾਜ਼ੀ ਹਾਰ ਗਏ ਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਬਹੁਤ ਬਹੁਤ ਧੰਨਵਾਦ ਸ਼ਾਇਰ ਸਹਿਬਾਨ ਔਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਦਾ ਮੈਂ ਰਿਣੀ ਹਾਂ ਫਤਿਹ ਬੁਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ